بسم الله الرحمن الرحيم. السلام عليكم ਮੇਰੇ ਤੁਸੀਂ ਆਪਣਾ ਸੁਰਖੀਆਂ ਚੈਨਲ ਤੇ ਮੈਂ ਤੁਹਾਡਾ ਮਿਹਰਬਾਨ ਦੇਖਾਨ ਰਮਬਤ ਤੇ ਰੋਜ਼ਾਨਾ ਦੀ ਨਵੀਂ ਤੋਂ ਨਵੀਂ ਤੇ ਅੱਛੀ ਤੋਂ ਅੱਛੀ ਵੀਡੀਓ ਲੈ ਕੇ ਜ਼ਰੂਰ ਵੀਜ਼ਾ ਮੀਟ ਕਰਨਾ ਇਨਸ਼ਾਅੱਲਾ ਭਰਾਵਾਂ ਨੂੰ ਵੀਡੀਓ ਪਸੰਦ ਆਉਂਦੀ ਹੈ ਵੀਡੀਓ ਨੂੰ ਲਾਈਕ ਵੀ ਕਰ ਦਿਓ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਔਰ ਬੈਲ ਆਈਕਨ ਦਾ ਬਟਨ ਜਿਹੜਾ ਜ਼ਰੂਰ ਦਬਾ ਲੈਣਾ ਤਾਂ ਕਿ ਸਾਡੀ ਆਉਣ ਵਾਲੇ ਨਵੀਂ ਤੋਂ ਨਵੀਂ ਵੀਡੀਓ ਜਿਹੜੀ ਹੈ ਭਰਾਵਾਂ ਤੱਕ ਆਸਾਨੀ ਪਹੁੰਚ ਸਕੇ ਵੀਡੀਓ ਜਿਹੜੀ ਬਣਾਉਣ ਲੱਗੇ ਵੀਡੀਓ ਇਸ ਤਰ੍ਹਾਂ ਭਾਈ ਇਨਸਾਨ ਗੁੱਜਰ ਦੀ ਵੀਡੀਓ ਅੱਗੇ ਵੀ ਵੀਡੀਓ ਤੁਸੀਂ ਵੇਖਦੇ ਪਏ ਕਿੰਨੇ ਦੀ ਵੀਡੀਓ ਜਿਹੜੀ ਹੈ ਨਾ ਇਹ ਅਪਲੋਡ ਹੁੰਦੀ ਪਈ ਹੈ ਬਾਕੀ ਵੀਡੀਓ ਦਾ ਐਡਰੈਸ ਅੰਜੇ ਕੇ ਜ਼ਿਲ੍ਹਾ ਤਹਿਸੀਲ ਇਹ ਗੁਜਰਾਤ ਹੈ ਔਰ ਪਿੰਡ ਜਿਹੜਾ ਜੀ ਇਹਨਾਂ ਦਾ ਕਈਆਂ ਲੱਗੇ ਚ ਨੱਗੇ ਵੀ ਵੀਡੀਓ ਜੇ ਦੱਸੀ ਦੀ ਕਿਸੇ ਵੀ ਭਰਾ ਹੋਣਾ ਹੋਵੇ ਗੁਜਰਾਤ ਤੋਂ ਨਿਕਲ ਕੇ ਆ ਜਾਣਾ ਹੈ ਜਲਾਲਪੁਰ ਚੱਟਾ ਤੇ ਜਲਾਲਪੁਰ ਚੱਟਾ ਤੋਂ ਆ ਜਾਣਾ ਇੱਕ ਕੜੀਆਂ ਵਾਲੇ ਕੜੀਆਂ ਵਾਲੇ ਕਿਉਂਕਿ ਤਕਰੀਬਨ ਜਿਹੜਾ ਨਾ 5 ਕਿਲੋਮੀਟਰ ਤੋਂ ਬਾਅਦ ਇਹਨਾਂ ਦਾ ਪਿੰਡ ਹੁੰਦਾ ਇਹੀ ਇਹਨਾਂ ਦੇ ਲੱਗੇ ਚ ਇਹਨਾਂ ਦੇ ਬਾਕੀ ਜਿਹੜੀ ਗੱਲਬਾਤ ਹੈ ਨਾ ਡੰਗਰਾਂ ਦੇ ਉਹ ਸਾਰੀ ਚੱਲ ਇੱਕ ਇੱਕ ਤੇ ਜਾ ਕੇ ਤਫਸੀਲ ਜਿਹੜੀ ਹੈ ਭਾਈ ਸਾਹਿਬ ਤੋਂ ਪੁੱਛ ਲਾਂ ਤੇ ਬਾਕੀ ਝੋਟੀਆਂ ਵੇਖ ਲੈਣੀਆਂ ਨੇ ਅਗਲੀ ਗੱਲਬਾਤ ਜਿਹੜੀ ਇਹਨਾਂ ਜਿਹੜੇ ਜਿਹੜੇ ਭਰਾ ਨੂੰ ਪਸੰਦ ਆਵੇ ਨੰਬਰ ਸਕਰੀਨ ਤੇ ਲੱਗ ਜਾਣਾ ਰਾਬਤਾ ਕਰਕੇ ਆਪਣਾ ਸੌਦਾ ਜਿਹੜਾ ਜੇ ਪੈਨਾ ਕਰ ਲੈਣਾ 12 ਜੇ ਹਫ਼ਤਾ ਤਾਰੀਖ ਵੀ ਪੜਦੀ ਹੈ 31 ਅਗਸਤ 2024 ਬਾਕੀ ਅੱਲਾ ਪਾਕ ਰੱਖੇ ਹੈਰ ਤੇ ਬਿੱਲਾ ਤੱਕ ਜਿਹੜਾ ਨਾ ਵੀਡੀਓ ਕਰਨੇ ਆ ਜੀ ਚਲੋ ਅਸਲਾਮੁਅਲੈਕਮ ਜੀ ਜੀ ਵਾਲੇਕਮ ਸਲਾਮ ਕੀ ਹਾਲ ਹੈ ਜੀ ਠੀਕ ਹੋ ਅੱਲਾ ਪਾਕ ਦਾ ਸ਼ੁਕਰ ਹੈ ਪੈਸਾ ਦੇ ਦਿੱਤਾ ਸੁਣੋ ਕਿਆ ਜੀ ਅਲਹਮਦੁਲਿਲਾ ਅੱਲਾ ਪਾਕ ਦਾ ਬੜਾ ਕਰਮ ਠੀਕ ਠਾਕ ਤੁਸੀਂ ਆਪਣੀ ਸੁਣਾਓ ਸਾਰੇ ਠੀਕ ਠਾਕ ਜੀ ਅੱਲਾ ਪਾਕ ਦਾ ਕਰਮ ਜੇ ਲੋ ਜੀ ਪੈਸਾ ਨੇ ਕਿੰਨੀਆਂ ਨੇ ਮੱਝਾਂ ਜਿਹੜੀਆਂ ਲਾਣੀਆਂ ਭਾਈ ਦਿਸ਼ਾਨ 2 ਮੱਝਾਂ ਨੇ ਠੀਕ ਹੈ ਇੱਕ ਤੀਸਰੇ ਸਵੇ ਮੱਝ ਜੀ ਇੱਕ ਦੂਜੇ ਸਵੇ ਝੋਟੀ ਮੀਣੀ ਫਰਮੈਸ਼ੀ ਮੀਣੀ ਠੀਕ ਹੋ ਗਿਆ ਜਨਾਬ ਦੋਵੇਂ ਸੂਈਆਂ ਨੇ ਜੀ ਦੋਵੇਂ ਸੂਈਆਂ ਨੇ ਮੀਣੀ ਜਿਹੜੀ ਹੈ ਉਹ ਅੱਜ ਦੂਜਾ ਦਿਨ ਨੇ ਸੂਈਆਂ ਨਾੜੂ ਤੇ ਬਿਲਕੁਲ ਨਾਲ ਠੀਕ ਹੈ ਤੇ ਜਿਹੜੀ ਦੂਜੀ ਮੱਝ ਹੈ ਉਹ ਮਾਸ਼ਾਅੱਲਾ 3ਵੇਂ ਸਵੇ ਮੁਕੰਮਲ ਹੋ ਗਏ ਸੀ ਠੀਕ ਹੈ ਤੇ ਰਾਤ ਸੜਦੀ ਪਈ ਹੈ ਤੇ ਹੁਣ ਦਾ ਨਵਾਲ ਸੜੀ ਹੈ ਵੀਡੀਓ ਚ ਚਲੋ ਮਜ਼ੀਦ ਇਨਸ਼ਾਅੱਲਾ ਇਹ ਗੱਲ ਜਿਹੜਾ ਨਾ ਜਾ ਕੇ ਇੱਕ ਇੱਕ ਤੇ ਪੁੱਛ ਲੈਂਦੇ ਆ ਜਿਹੜਾ ਨਾ ਇੱਕ ਵਾਰ ਸਲਾਮ ਤਾਂ ਕਰੋ ਜੀ ਆਪਣੇ ਚਾਹਣ ਵਾਲਿਆਂ ਨੂੰ ਸਾਰਿਆਂ ਤੋਂ ਪਹਿਲੇ ਤੇ ਦੇਸ਼ ਸਾਰੇ ਤੇ ਪ੍ਰਦੇਸ਼ ਸਾਰਿਆਂ ਨੂੰ ਮੇਰੀ ਤਰਫੋਂ ਅਸਲਾਮ ਅਲੈਕਮ ਜੀ ਬਿਲਕੁਲ ਮਾਸ਼ਾਅੱਲਾ ਜੀ ਇਹਨਾਂ ਦੇ ਫੋਨ ਨੇ ਇਹਨਾਂ ਦੇ ਲਾਈਕ ਨੇ ਇਹਨਾਂ ਦੇ ਸ਼ੇਅਰ ਨੇ ਇਹਨਾਂ ਦੇ ਕਮੈਂਟ ਨੇ ਬੜਾ ਹੌਸਲਾ ਵਧਾਇਆ ਠੀਕ ਹੈ ਪਿਛਲੀ ਮੱਝ ਭਾਈ ਦਿਸ਼ਾਨ ਲਾਈ ਸੀ ਵੀਡੀਓ ਤੇ ਝੋਟੀ ਜੀ ਤੇ ਭਾਈ ਹੋਰਾਂ ਨੇ ਹਫਜ਼ਾਬਾਦ ਦੇ ਨੇ ਮਖਤਿਆਰ ਅਹਿਮਦ ਤਾੜਾ ਸਾਹਿਬ ਠੀਕ ਹੋ ਗਿਆ ਉਹਨਾਂ ਜਨਾਬ ਉੱਥੇ ਫੋਨ ਤੇ ਬਹਿ ਕੇ ਮੱਝ ਖਰੀਦੀ ਅਸੀਂ ਆਖਿਆ ਵੀ ਸਾਡੇ ਡੇਰੇ ਆਵੋ ਉਹਨਾਂ ਆਖਿਆ ਜੀ ਨਹੀਂ ਆਉਣਾ ਅਸੀਂ ਸੁਰਖੀਆਂ ਚੈਨਲ ਨੂੰ ਜਾਣਦੇ ਹਾਂ ਠੀਕ ਹੈ ਉਹ ਜਿਹੜੀ ਗੱਲ ਹੁੰਦੀ ਹੈ ਅੱਖ ਸੱਚ ਦੀ ਹੁੰਦੀ ਹੈ ਅਸੀਂ ਉਹਨਾਂ ਦੇ ਚੈਨਲ ਦੇ ਇਤਮਾਦ ਨਾਲ ਅਸੀਂ ਤੁਹਾਡੇ ਕੋਲ ਮੱਝ ਖਰੀਦਣੀ ਠੀਕ ਹੋ ਗਿਆ ਮੈਂ ਆਖਿਆ ਜੀ ਚਲੋ ਸਹੀ ਹੈ ਤੁਸੀਂ ਭਾਈ ਦਿਸ਼ਾਨ ਹੋਰਾਂ ਨਾਲ ਰਾਬਤਾ ਕਰ ਲਓ ਜੀ ਅੱਗੋਂ ਜਨਾਬ ਉਹਨਾਂ ਨੇ ਅਕਾਊਂਟ ਨੰਬਰ ਵੀ ਮੈਂ ਤੁਹਾਡਾ ਦਿੱਤਾ ਜੇ ਕੋਈ ਫਰਾਡ ਹੋਵੇ ਨਾ ਭਾਈ ਤੇ ਕਿਸੇ ਦਾ ਅਕਾਊਂਟ ਦੇਈਏ ਤੇ ਪੈਸੇ ਲੋਕ ਤੋੜਦੇ ਨੇ ਤਾਂ ਗਵਾਸ ਦੇ ਦੇ ਜੀ ਮੱਝ ਭੈੜੀ ਨਿਕਲੀ ਹੈ ਤੁਸੀਂ ਸਾਡੇ ਪੈਸੇ ਵਾਪਸ ਕਰ ਸਕਦੇ ਜੀ ਬਿਲਕੁਲ ਤੁਹਾਡੇ ਅਕਾਊਂਟ 'ਚ ਪੈਸੇ ਆਏ ਨੇ ਇਸ ਚੀਜ਼ ਦੇ ਤੁਸੀਂ ਵੀ ਗਵਾਓ ਜੀ ਬਿਲਕੁਲ ਉਹਨਾਂ ਨੇ ਉੱਥੇ ਬਹਿ ਕੇ ਮੱਝ ਖਰੀਦੀ ਹੈ ਜਨਾਬ ਪੈਸੇ ਆਏ ਨੇ ਅਸੀਂ ਜਿਵੇਂ ਮੱਝ ਟੁੱਟ ਗਈ ਹੈ ਪਾਸ ਹੋ ਗਈ ਹੈ ਫਿਰ ਅਸੀਂ ਜਨਾਬ ਅਕਾਊਂਟ 'ਚ ਪੈਸੇ ਕਢਾਏ ਦੇਖੋ ਜੀ ਆਨਲਾਈਨ ਹੀ ਗਈ ਹੈ ਨਾ ਜੀ ਆਨਲਾਈਨ ਗਈ ਹੈ ਤੇ ਨਹੀਂ ਆਇਆ ਭਾਈ ਦਿਸ਼ਾਨ ਹੈ ਜਦੋਂ ਗੱਲਾਂ ਖਰੀਆਂ ਸੱਚੀਆਂ ਕਰਨੀਆਂ ਨੇ ਨਾ ਤੇ ਫਿਰ ਕਿਸੇ ਨੂੰ ਆਉਣ ਦੀ ਵੀ ਲੋੜ ਕੋਈ ਨਹੀਂ ਘਰ ਜਾ ਕੇ ਵੀ ਸਾਡੀਆਂ ਤਸੱਲੀਆਂ ਨੇ ਇਨਸ਼ਾਅੱਲਾ ਜਨਾਬ ਲੋ ਜੀ ਇਹ ਨਾ ਹੈ ਅਲਹਮਦੁਲਿਲਾ ਇਤਮਾਦ ਦਾ ਸਾਰੇ ਭਰਾਵਾਂ ਦੀ ਚਾਹਤ ਮੁਹੱਬਤ ਲਗਨ ਇਹਦਾ ਜਨਾਬ ਸ਼ੁਕਰੀਆ ਅਦਾ ਕਰਨੇ ਅੱਲਾ ਪਾਕ ਸਾਰਿਆਂ ਨੂੰ ਜਿਹੜਾ ਨਾ ਆਪਣੀ ਇਬਜ਼ਮਾਂ 'ਚ ਰੱਖੇ ਤੇ ਇਸੇ ਤਰ੍ਹਾਂ ਹੱਸਦੇ ਰਹੋ ਤੇ ਵਸਦੇ ਰਹੋ ਤੇ ਵੀਡੀਓ ਤੱਕਦੇ ਰਹੋ ਜੀ ਬਿਲਕੁਲ ਜਿਹੜੇ ਪ੍ਰਦੇਸ਼ ਵਾਲੇ ਸਾਡੇ ਭਾਈ ਨੇ ਨਾ ਇਹਨਾਂ ਦਾ ਬੜਾ ਸਾਡੇ ਨਾਲ ਸਾਵਣ ਹੈ ਠੀਕ ਹੈ ਤੇ ਸੁਰਖੀਆਂ ਚੈਨਲ ਤੇ ਮੱਝ ਬੜੀ ਉਹ ਨਾ ਇਜ਼ੀ ਖਰੀਦ ਤੇ ਇਧਰਾਂ ਹੀ ਖੋਲੋ ਜੀ ਇਹ ਖੋਲੋ ਜੀ ਭਾਈ ਮੱਝ ਜਿਹੜੀ ਇਹਨਾਂ ਨੰਬਰ 1 ਦੇਖੋ ਜੀ ਪੈਸਾ ਨੇ ਨਾ ਫੌਜਾਂ ਨਾ ਮੌਜਾਂ ਨੇ ਇਹਨਾਂ ਭਰਾਵਾਂ ਨਾਲ ਭਾਰਾ ਨੇ ਬੰਦਾ ਆਖੇ ਨਾ ਕਿ ਮੈਂ ਬਹਾਦਰ ਆ
ਮੰਡੀ ਦੱਸ ਡੋਰ ਤੋਂ ਡੋਰ ਜਿਹੜਾ ਨਾ ਖਿਦਮਤ ਹੁੰਦੀ ਲੋ ਜੀ ਨੰਬਰ ਇੱਕ ਜਿਹੜੀ ਹੈ ਨਾ ਮੱਝ ਪਹਿਚਾਨ ਸੁਬਹ ਕੇ ਲਿਆ ਜੇ ਮਜੀ ਪਹਿਚਾਨ ਤੀਸਰੇ ਸੁਬਹ ਮਾਸ ਹੋਈ ਹੈ ਠੀਕ ਹੈ ਮਗਰ ਕੱਟਾ ਲੋ ਜੀ ਬੱਚਾ ਮਗਰ ਕੱਟਾ ਜਿਹੜਾ ਮਗਰ ਕੱਟਾ ਤੀਸਰੇ ਸੁਬਹ ਮਾਸ ਹੋਈ ਹੈ ਠੀਕ ਹੈ ਐਵੇਂ ਸੂਏ ਮੁਕੰਮਲ ਨੇ ਲੋ ਜੀ ਮਾਸ ਦੂਧ ਤੇ ਲੱਗ ਗਈ ਹੈ ਜੀ ਮਾਸ਼ਾਅੱਲਾ ਜੀ ਮਾਸ ਦੂਧ ਤੇ ਲੱਗ ਗਈ ਪਹਿਲਾ ਜਾਰ ਦੂਸਰਾ ਜੋਰ ਤੇ ਤੀਸਰਾ ਜਨਾਬ ਮੈਲਾ ਜੀ ਮੈਲ ਸਾਡ ਦਿੱਤੀ ਜਨਾਬ ਮੇਰੇ ਸੱਟ ਕੇ ਸੂਬੇ ਤਰੇਵੇ ਜਿਹੜਾ ਨੇ ਮੁਕੰਮਲ ਔਰ ਭਾਈ ਵਿਸ਼ਾਲ ਜਿਸ ਬੰਦੇ ਨੇ ਵੀ ਲੈਣੀ ਆ ਕੇ ਦੋ ਟਾਈਮ ਤੇ ਚਾਰ ਟਾਈਮ ਘਰ ਬਚੋਵੇ ਲਿਬਾਸ ਖਾਣਾ ਜਿਨ੍ਹਾਂ ਭਰਾਵਾਂ ਨੇ ਚੈੱਕ ਕਰ ਲੈਣਾ ਤੇ ਪਹਿਚਾਨ ਇਸ ਟਾਈਮ ਕਿੰਨਾ ਕੁ ਦੁੱਧ ਮਜੀ ਕੋਲ ਹਾਜ਼ਰ ਮੌਜੂਦ ਹੈ ਭਾਈ ਨਿਸ਼ਾਨ ਮੂੰਹ ਨਾਲ ਰੱਖ ਲਈਏ 14ਵੀਂ 15ਵੀਂ ਜੀ ਮੇਰਾ ਦਿਲ ਹੈ ਵੀ ਵੀਡੀਓ ਦਾ ਇਰਾਦਾ ਤੇ ਨਹੀਂ ਆਹਾ ਲੇਕਿਨ ਅਸੀਂ ਚਵਾਸ ਆਨੇ ਆ ਜਿਹੜਾ ਦੁੱਧ ਹੋਇਆ ਭਰਾਵਾਂ ਦੇ ਸਾਹਮਣੇ ਹੋਵੇ ਦਾ ਤੇ ਬੱਚਾ ਕੋਲੋ ਜੀ ਬੱਚਾ ਕੋਲੋ ਚਵਾਸ ਚਵਾਸ ਬੱਚਾ ਛੱਡ ਕੇ ਜਿਹੜਾ ਨਾ ਇੱਕ ਵਾਰ ਚਲੋ ਇਹਦਾ ਲਾ ਚਵਾ ਪਸਮਾ ਜਿਹੜਾ ਨਾ ਮੈਂ ਨਾ ਭਰਾਵਾਂ ਦੇ ਸਾਹਮਣੇ ਆ ਜਾਣਾ ਐਨੀਆਂ ਤਾਰੀਫਾਂ ਕਰਨ ਦੀ ਲੋੜ ਹੀ ਨਹੀਂ ਪੈ ਲੱਗੀ ਜੀ ਇਨਸ਼ਾਅੱਲਾ ਜਿਹੜਾ ਦੁੱਧ ਹੋਵੇ ਦਾ ਜਨਾਬ ਉਹ ਸਾਹਮਣੇ ਜੀ ਬਿਲਕੁਲ ਉਹ ਤੇ ਸਾਹਮਣੇ ਆ ਜਾਂਦਾ ਦੇਖੋ ਜੀ ਇਹ ਕੋ ਦੇ ਮੈਦਾਨ ਬੱਚਾ ਲਾ ਜਾਣਾ ਜਨਾਬ ਜਵਾਈ ਮਿਲਣ ਜਿਹੜਾ ਨਾ ਦੂਜੇ ਨੰਬਰ ਤੇ ਭਾਈ ਨਿਸ਼ਾਨ ਕੱਟਾ ਵੀ ਲੈ ਸਾਹਮਣੇ ਹਾਲ ਬੰਦੇ ਦੇ ਸਾਹਮਣੇ ਆ ਜਾਣਾ ਕੱਟਾ ਲਿਆ ਸੂ ਨਹੀਂ ਲਿਆ ਸੂ ਕੱਟਾ ਮਿਲੀ ਹੈ ਕੋਈ ਗੱਲ ਤਰੀਫ ਕਰਨ ਦੀ ਲੋੜ ਹੀ ਨਹੀਂ ਪੈ ਲੱਗੀ ਜੀ ਬਿਲਕੁਲ ਦੇਖੋ ਵੰਗਾ ਵੀ ਲਾ ਲਓ ਸੂ ਵੰਗਾ ਵੀ ਦਿਖਾਓ ਵੰਗੇ ਲੱਗੀ ਹੈ ਨਾ ਜੀ ਵੰਗੇ ਲੱਗੀ ਹੈ ਲਾਣੇ ਦੀ ਵੀ ਲੋੜ ਕੋਈ ਨਹੀਂ ਮੈਂ ਕਿਹਾ ਲਾ ਲਓ ਕਈ ਭਰਾ ਆਖਦੇ ਨੇ ਵੀ ਵੰਗਾ ਵੰਗਾ ਲਾਣਾ ਚਾਹੀਦਾ ਲਾ ਉਸ ਲੱਤ ਪਿਛਾ ਕਰਕੇ ਭਾਈ ਜ਼ੇਵਰ ਹੈ ਜਨਾਬ ਵੰਗਾ ਵੀ ਜਿਹੜਾ ਨਾ ਮੈਂ ਨਾ ਜਿੱਥੇ ਪੈਰ ਚੁੱਕ ਕੇ ਰੱਖਾਂ ਦੇ ਨਾ ਜੀ ਇਨਸ਼ਾਅੱਲਾ ਉੱਥੇ ਰਵੇ ਤਾਂ ਜ਼ਰਾ ਵੀਡੀਓ ਬਣਦੀ ਪਈ ਹੈ ਫੇਰ ਨਾ ਕੋਈ ਥੋੜਾ ਜਿਹਾ ਕਰੇ ਤੇ ਬਾਕੀ ਮੱਝ ਜਿਹੜੀ ਹੈ ਨਾ ਖਾਨਦਾਨੀ ਮੱਝ ਭਾਈ ਠੀਕ ਹੋ ਗਿਆ ਜਨਾਬ ਚੰਗੀ ਹੈ ਜਿਹੜਾ ਜੀ ਚੰਗੀ ਹੈ ਪਹਿਚਾਨ ਬੱਚਾ ਤੇ ਉਹ ਜਿਹੜਾ ਲੱਗ ਗਿਆ ਮਿਲਣ ਜਿਹੜਾ ਸਾਹਮਣੇ ਆ ਜਾਂਦਾ ਤੇ ਕੀ ਕੁਦੂ ਦੇ ਦੇ ਕੋਲੇ ਹਾਜ਼ਰ ਮੌਕੇ ਜਿਹੜੀ ਤੁਸੀਂ ਆਪਣੀ ਤਸੱਲੀ ਕੀਤੀ ਪਹਿਚਾਨ ਹੈ ਮੱਝ ਕੱਚੀ ਹੋਵੇ ਨਾ ਉਹਦੀ ਇੱਕ ਦੋ ਚਵਾਈ ਹੁੰਦੀ ਹੈ ਜੀ ਹੁਣ ਆ ਜਾਣੀ ਭਰਾਵਾਂ ਦੇ ਸਾਹਮਣੇ ਵੀ ਚਵਾਈ ਤੇ ਮੂੰਹ ਦੀ ਗੱਲ ਮੈਂ ਪਹਿਲੇ ਕਰ ਸਕਦਾ ਠੀਕ ਹੈ ਜਿਹੜੇ ਮੇਰੇ ਭਰਾ ਨੇ ਬਹਿ ਕੇ ਉੱਥੇ ਖਰੀਦਣੀ ਨੇ ਸਾਡੀ ਮੱਝ ਦੇਖ ਕੇ ਉਹਦੇ ਵਾਸਤੇ ਮੇਰਾ ਐਲਾਨ ਹੈ ਵੀ ਘਰ ਜਾ ਕੇ ਵੀ ਮੱਝ 13-14 ਕਿਲੋ ਪੱਕਾ ਜਿਹੜਾ ਪੀਦਾ ਭਾਈ ਨਿਸ਼ਾਨ 16 ਸ਼ੇਰ ਵਾਲਾ ਕੰਮ ਆਉਂਦਾ ਅਜੇ ਹੁਣ ਮੈਲਾ ਸੱਟਿਆ ਤੂੰ ਅਜੇ ਮੱਝ ਨੂੰ ਅਸੀਂ ਵੰਡਾ ਛੰਡਾ ਜਿਹੜਾ ਸ਼ੁਰੂ ਕਰਨਾ ਠੀਕ ਹੈ ਸਾਡੇ ਬਜ਼ੁਰਗਾਂ ਦਾ ਇੱਕ ਐਲਾਨ ਹੁੰਦਾ ਵੀ ਜਿਹੜੀ ਮੱਝ ਕੱਚੀ ਹੋਵੇ ਉਹਨੂੰ ਵੰਡਾ ਨਹੀਂ ਇੰਨਾ ਪਾਉਣਾ ਕਿਉਂਕਿ ਜਿਵੇਂ ਮੈਲਾ ਸੱਟ ਜੇ ਜਿਵੇਂ ਮੈਲਾ ਸੱਟੇ ਫਿਰ ਜਨਾਬ ਚੌਵਾਂ ਥਾਣਾ ਦੀ ਚਵਾਈ ਵਹਾ ਕੇ ਤੇ ਮੁੜ ਕੇ ਫੇਰ ਜਨਾਬ ਮੁਕੰਮਲ ਚਵਾਈ ਜਿਹੜੀ ਮੱਝ ਨਾ ਕੱਦ ਬੁੱਤ ਹਾਇਟ ਸਾਰੀ ਸਾਹਮਣੇ ਆ ਗਈ ਹੈ ਤਰੀਫਾਂ ਕਰਨ ਦੀ ਲੋੜ ਹੀ ਨਹੀਂ ਪੈਣੀ ਮੱਝ ਆਪ ਹੀ ਤਰੀਫ ਕਰਾ ਲਏਗੀ ਭਰਾ ਥੱਲੇ ਬਾਕੀ ਦੇਖੋ ਜੀ ਉਹ ਤੇ ਸਾਹਮਣੇ ਆ ਗਈ ਭਾਈ ਸਾਹਿਬ ਉਹ ਕੱਟਾ ਪਿੱਛਾ ਬੰਨ ਛੜਿਆ ਲੋਕ ਅੱਗੇ ਬੰਨਦੇ ਨੇ ਠੀਕ ਹੈ ਅਸੀਂ ਪਿਛਲੇ ਕਿੱਲੇ ਬੰਨਿਆ ਹੁਣ ਭਰਾਵਾਂ ਨੇ ਸਾਹਮਣੇ ਚਵਾਈ ਆ ਜਾਣੀ ਜੀ ਬਿਲਕੁਲ ਉਹ ਤੇ ਆ ਜਾਂਦੀ ਲੋ ਜੀ ਪਸਮੇ ਆ ਥਣ ਵੀ ਜਿਹੜਾ ਹੈ ਨਾ ਇਹ ਵੀ ਜਨਾਬ ਭਰਾਵਾਂ ਨੇ ਚੈੱਕ ਕਰ ਲੈਣਾ ਪਸਮ ਕੇ ਜਿਹੜਾ ਥਣ ਮੱਝੀ ਨੇ ਬਣਾਇਆ ਨਾ ਇਨਸ਼ਾਨ ਫੁਹਾਰਾ ਲੱਗਿਆ ਮੈਂ ਤੁਹਾਡੇ ਸਾਹਮਣੇ ਥਾਣੇ ਹੈ ਹੁਣ ਵੀ ਪਸਮਾ ਵੇਖ ਲਓ ਤੇ ਪਹਿਲੇ ਭਰਾਵਾਂ ਵੇਖ ਲੈਣਾ ਜੀ ਬਿਲਕੁਲ ਉਹ ਤੇ ਸਾਹਮਣੇ ਆ ਗਿਆ ਨਾ ਇਹ ਇੱਕ ਧਾਰ ਮਾਰੋ ਜੀ ਬਹੁ ਜੀ ਜਿਹੜਾ ਹੈ ਨਾ ਸਰ ਅੱਗੇ ਇੱਕ ਧਾਣਾ ਜੀ ਮਾਰ ਹੁਣ ਮਤਾਂ ਇਹ ਧਾਰ ਮਾਰ ਕੇ ਤੇ ਫਿਰ ਮੋੜ ਕੇ ਇਨਸ਼ਾਨ ਇੱਕ ਹੁੰਦਾ ਨਾ ਵੀ ਬੰਦਾ ਅੱਗੇ ਚਲੇ ਤੇ ਮੱਝ ਭਾਈ ਲੱਗੀ ਹੁੰਦੀ ਹੈ ਜਿਹੜਾ ਮਰਜ਼ੀ ਮੇਰਾ ਭਰਾ ਬਹਿ ਕੇ ਚੋਵੇ ਠੀਕ ਹੈ ਚਵਾਈ ਇੰਜ ਹੋਵੇ ਦੀ ਨਾ ਸੋਹਣੀ ਗੋਲ ਤੇ ਮੋਟੀ ਮੋਟੀ ਚਵਾਈ ਹੋਵੇ ਜੀ ਠੀਕ ਹੋ ਗਿਆ ਜੀ ਲੋ ਜੀ ਤੀਸਰੇ ਥਣ ਦੀ ਵੀ ਚਵਾਈ ਜਿਹੜੀ ਹੈ ਨਾ ਇਹ ਵੀ ਚੈੱਕ ਕਰਨੀ ਹੁਣ ਚੌਥੇ ਚ ਮਾਰੋ ਜੀ ਆਖਰੀ ਥਣ ਦੀ ਜਿਹੜਾ ਹੈ ਨਾ
ਕੱਚੀ ਮੱਝ ਹੈ ਠੀਕ ਹੈ ਤੀਸਰਾ ਦਿਨ ਸਵਾਜ ਲੋ ਜੀ ਦੋ ਦਿਨ ਹੋਏ ਨੇ ਸੋਇਆ ਤੀਸਰਾ ਠੀਕ ਹੋ ਗਿਆ ਜਨਾਬ ਦੋ ਦਿਨ ਹੋ ਗਏ ਨੇ ਸੋਇਆ ਜੇ ਤੀਸਰਾ ਦਿਨ ਜਿਹੜਾ ਨਾ ਇਸ ਮੱਝੀ ਨੂੰ ਸੋਇਆ ਸੁਬਾਹ ਦੂਜਾ ਦੋ ਨਾ ਭਾਈ ਸ਼ਾਨ ਪੱਕਾ ਜੈਨੂਅਨ ਜਿਹੜਾ ਨਾ ਦੂਜਾ ਸੁਬਾਹ ਤੋਂ ਠੀਕ ਹੋ ਗਿਆ ਜਨਾਬ ਦੂਜਾ ਇੱਕ ਨੰਬਰ ਦਾ ਸੁਬਾਹ ਤੀਸਰਾ ਔਰ ਦੋ ਨੰਬਰ ਦਾ ਜਿਹੜਾ ਹੈ ਨਾ ਮੈਂ ਨਾ ਵੀ ਭਾਈ ਬਲਾਵਲ ਹੋਰੀ ਕਿਸੇ ਪਾਸੋਂ ਕਸਰ ਨਹੀਂ ਛੱਡਦੇ ਜੀ ਅੱਜ ਭਰਾਵਾਂ ਨੇ ਮੱਝ ਵੇਖਣੀ ਜਰਾ ਘੁੱਟ ਕੇ ਔਰ ਮਾਸ਼ਾਅੱਲਾ ਥਣ ਚੰਗਾ ਜਿਹੜਾ ਨਾ ਪਾਵਰਫੁਲ ਪਾਵਰਫੁਲ ਥਾਣ ਹੁੰਦਾ ਤੇ ਦੂਜੇ ਨੰਬਰ ਤੇ ਚਵਾਈ ਵੀ ਜਿਹੜੀ ਹੈ ਨਾ ਐਂਜੀ ਹੋਵੇ ਜੀ ਸੀਲ ਸਾਹਿਬ ਐਂਜੀ ਹੋ ਗਿਆ ਦੇਖੋ ਮੈਂ ਨਾ ਭਾਈ ਨਿਸ਼ਾਨ ਕੱਟਾ ਅੱਗੋ ਬਣੋ ਅੱਗੇ ਕਰੋ ਤੇ ਇਹ ਦੇਖ ਸਕਦੇ ਨੇ ਮਾਸ਼ਾਅੱਲਾ ਜਨਾਬ ਜੇ ਥਾਪੜਾ ਮਾਰ ਕੇ ਇੱਥੇ ਚਵਾਈ ਸ਼ੁਰੂ ਕਰ ਲੋ ਠੀਕ ਹੈ ਤੁਹਾਡੀ ਪਸਮਾਵੇ ਦੀ ਅਲਣ ਨਹੀਂ ਲੱਗੀ ਜਿੱਥੋਂ ਮਰਜ਼ੀ ਆ ਕੇ ਭਰਾ ਦੇਖ ਰਹੀਏ ਕੁਆਰਾ ਨਹੀਂ ਲੱਗਿਆ ਅਈਏ ਮੇਰੀ ਮਾਈ ਬਿਲਕੁਲ ਜਿਹੜਾ ਨਾ ਟੈਮੋ ਟੈਮ ਹੈ ਅਈਏ ਬੋਲੇ ਬੇਟੇ ਨਾ ਜੀ ਜੀ ਤੋਰੋ ਜੀ ਹਾਂ ਜਿਹੜਾ ਅਗਰ ਤੋਰੋ ਮਾਜ ਭਰਾਵਾਂ ਨੂੰ ਦਿਖਾਓ ਜਰਾ ਸਹੀ ਇਹ ਮੁਕੰਮਲ ਹੋਇਆ ਸੋਇਆ ਦਾ ਜੇ ਤੀਸਰਾ ਦਿਨ ਜਿਹੜਾ ਹੈ ਨਾ ਜੀ ਜੀ ਪੰਜਵੀਂ ਚਵਾਈ ਇਹਦੀ ਲੱਗਣੀ ਹੈ ਹੁਣ ਸਿਆਣੇ ਆਂਦੇ ਨੇ ਭਾਈ ਮੀਣੀ ਮੱਝ ਦਰਿਆ ਦੇ ਪਰਲੇ ਪਾਸੇ ਹੋਵੇ ਨਾ ਜੀ ਤੇ ਉਰਲੀ ਪਾਸੇ ਬਹਿ ਕੇ ਸੌਦਾ ਕਰ ਲੋ ਮੀਣੀ ਮੱਝ ਦਾ ਜਿਹਦੇ ਸਿੰਘ ਹਲਦੇ ਹੋਣ ਇੰਨੀਆਂ ਚੰਗੀਆਂ ਹੁੰਦੀਆਂ ਇੰਨੀਆਂ ਚੰਗੀਆਂ ਹੁੰਦੀਆਂ ਨੇ ਜੀ ਤੇ ਤੁਸੀਂ ਵੀ ਰੋਜ਼ ਵੀਡੀਓ ਬਣਾਉਂਦੇ ਹੋ ਮੀਣੀਆਂ ਰੋਜ਼ ਨਹੀਂ ਚੜ੍ਹਦੀਆਂ ਜੀ ਬਿਲਕੁਲ ਜਨਾਬ ਜੀ ਜੀ ਦੇਖੋ ਨਸੀਬਾਂ ਨਾਲ ਜਿਹੜਾ ਅੱਗੇ ਬੰਨੋ ਸੁਜਾਤ ਲੱਭਦੀਆਂ ਨੇ ਉੱਤੇ ਬੰਨੋ ਜੀ ਜਾਨ ਨੂੰ ਵੀ ਤੇ ਬੁਲਾ ਲਓ ਇੱਕ ਵਾਰੀ ਜਿਹੜਾ ਨਾ ਵਖਾਣ ਦੋ ਲੋ ਜੀ ਭਾਈ ਸਾਹ ਨਾ ਅੱਜ ਤੀਸਰੇ ਦਿਹਾੜੇ ਨਾ ਪੰਜਵੀਂ ਚਵਾਈ ਚ ਕੀ ਕਬੋਲਾ ਇਸ ਟਾਈਮ ਝੋਟੀ ਕੋਲਿਆ ਹੈ ਭਾਈ ਦਿਸ਼ਾਨ ਇਸ ਟਾਈਮ ਤੇ ਉਂਝ ਦੁੱਧ ਪੁੱਤਰ ਹੁੰਦਾ ਨਸੀਬਾਂ ਨਾਲ ਅਸੀਂ ਥਣਾਂ ਦੀ ਗਰੰਟੀ ਦਾਂਦੇ ਹਾਜ਼ਰ ਮੌਕੇ ਜਿਹੜਾ ਦੁੱਧ ਦੋ ਟਾਈਮਾਂ ਦਾ ਕਿਸੇ ਆ ਕੇ ਚੋਲਣਾ ਆਈਏ ਬੋਲਿਆ ਠੀਕ ਹੈ ਦੁੱਧ ਨਹੀਂ ਬਣਿਆ ਠੀਕ ਹੈ ਤੇ ਜਿਹੜਾ ਇਸ ਟਾਈਮ ਹਾਜ਼ਰ ਮੌਕੇ ਜਿਹੜਾ ਨਾ 13 ਸੇਰ ਬੋਲਾ ਜਿਹੜਾ ਨਾ ਕਿਸੇ ਭਰਾ ਨੂੰ ਅਸੀਂ ਮਨਾਂਦੇ ਵੈਰੀ ਗੁੱਡ ਜਨਾਬ ਜਿਹੜਾ ਵੀ ਕੋ ਭਰਾ ਸਵੇਰੇ ਜਾਮੀ ਟੂਰ ਆਵੇ ਜੀ ਜੀ ਆ ਕੇ ਆਪਣਾ ਜਨਾਬ 13 ਲੀਟਰ ਭਾਈ ਦਿਸ਼ਾਨ ਉਹ ਕਮੰਡਲ ਭਰ ਚ ਗਿਆ ਦੂਜਾ ਕਮੰਡਲ ਇਹ ਬਾਲਟੀ ਲਿਆਓ ਨਾ ਦੂਜੀ ਵੀ ਦਿਓ ਨਾ ਜਨਾਬ ਤੇ ਇੱਕ ਬਾਲਟੀ ਜਿਹੜੀ ਇਹ ਫੁੱਲ ਹੋ ਗਈ ਹੈ ਮਾਸ਼ਾਅੱਲਾ ਸਾਹਮਣੇ ਭਾਈ ਬਲਾਲ ਦਾ ਬਲਾਲ ਇੱਕ ਵਾਰੀ ਅੱਗੇ ਵਫਾ ਸਾਡੀ ਯਾਰ ਠੀਕ ਹੈ ਰੱਖ ਦਿਓ ਬਾਲਟੀ ਬਦਲੀ ਕਰੋ ਜੀ ਜਨਾਬ ਦੂਸਰੀ ਬਾਲਟੀ ਜਿਹੜਾ ਇਹ ਭਾਈ ਨਿਸ਼ਾਨ ਹੈ ਦੇਖ ਸਕਦੇ ਹੋ ਮਾਸ਼ਾਅੱਲਾ ਜਨਾਬ ਇੱਥੇ ਪੇੜ ਦੇ ਵਿੱਚ ਰੱਖ ਦਿਓ ਇੱਥੇ ਜਿਹੜਾ ਨਾ ਲੋ ਜੀ ਭਾਈ ਸਾਹਿਬ ਨੰਬਰ 2 ਝੋਟੀ ਹੁਣ ਬਿਸਮਿਲਲਾ ਪੜੋ ਕਿਸੇ ਭਰਾ ਨੂੰ ਪਸੰਦ ਆਵੇ ਨਾ ਤੇ ਮੈਨੂੰ ਕਿੰਨੇ ਦੀ ਜਨਾਬ ਨੇ ਝੋਟੀ ਦੇ ਦੇਣੀ ਭਾਈ ਨਿਸ਼ਾਨ ਇਹ ਸੁਰਖੀਆਂ ਚੈਨਲ ਦੇ ਰੇਟ ਲਾਣੇ ਨੇ ਘੁੱਟ ਕੇ ਠੀਕ ਹੈ ਕਿਉਂਕਿ ਭਾਉ ਮੁੱਲ ਕਰੀਏ ਤੇ ਡੰਗਰ ਨਹੀਂ ਵਿਕਦੇ ਦੇਖੋ ਜੀ ਭਾਈ ਸਾਹਿਬ ਕਿਆ ਜੀ ਆਪਣੀ ਰੋਜ਼ੀ ਰੱਖ ਕੇ ਰੇਟ ਲਾਈਏ ਨਾ ਜੀ ਤੇ ਮਾਸ਼ਾਅੱਲਾ ਅੱਗੇ ਵੀ ਮੱਝਾਂ ਵਿਕੀਆਂ ਨੇ ਤੇ ਵੀਡੀਓ ਤੇ ਵਿਕੀਆਂ ਨੇ ਜੀ ਬਿਲਕੁਲ ਜੇ ਮੁੱਲ ਲਾ ਛੜੀਏ ਨਾ ਭਾਉ ਤੇ ਫੇਰ ਨਹੀਂ ਮੱਝਾਂ ਵਿਕਦੀਆਂ ਦੇਖੋ ਜੀ ਮੈਂ ਤੇ ਅੱਗੇ ਕਹਿਣਾ ਵਾ ਕਿ ਮੇਰਾ ਕੋਈ ਕੰਮ ਨਹੀਂ ਵੇਚਣ ਵਾਲਾ ਮੇਰਾ ਕੰਮ ਹੈ ਮੇਰੀ ਜਿਹੜੀ ਡਿਊਟੀ ਹੈ ਨਾ ਉਹ ਜਨਾਬ ਆਉਣਾ ਆ ਕੇ ਵੀਡੀਓ ਬਣਾਉਣੀ ਔਰ ਮੁੱਲ ਲਵਾਉਣਾ ਲਵਾ ਕੇ ਜਨਾਬ ਵੀਡੀਓ ਯੂਟਿਊਬ ਤੇ ਅਪਲੋਡ ਕਰਨੀ ਭਰਾਵਾਂ ਤੱਕ ਪਹੁੰਚਾਉਣੀ ਤੁਸੀਂ
ਭਰਾਵਾਂ ਤੱਕ ਪਹੁੰਚਾਉਂਦੇ ਹੋ, ਭਰਾਵਾਂ ਰੇਟ ਸੁਣ ਕੇ ਜੇ ਰੇਟ ਬਹੁਤੇ ਹੋਣ ਤਾਂ ਪਿਛਾ ਕਰ ਸਕਦੇ ਨੇ। ਨਵੀਂ ਵੀਡੀਓ ਰੋਜ਼ ਚੜ੍ਹਦੀ ਮਾਸ਼ਾਅੱਲਾ ਸੁਰਖੀਆਂ ਚੈਨਲ ਤੇ, ਲੋਕ ਅਗਲੀ ਵੇਖਦੇ ਨੇ ਜੀ ਬਿਲਕੁਲ। ਅਸੀਂ ਮੁੱਲ ਲਾਣੇ ਨੇ ਬਿਲਕੁਲ ਜਾਇਜ਼, ਜਿਹੜਾ ਰੱਸਾ ਫੜਾਣਾ ਦੀ ਗੱਲ ਕਰਨੀ ਆ ਜੀ। ਬਿਸਮਿਲ੍ਲਾ ਪੜੋ ਜਨਾਬ, ਕਿੰਨੇ ਦੀ ਚੁੱਕੀ ਨਿਸ਼ਾਨ? ਜੇ ਮੀਣੀ ਮਾਝ ਵੱਲੋਂ ਦੇਖਾਂ ਜਾਂ ਥਾਣੇ ਜਾਂ ਸੀਲ ਸਾਊ ਜਾਂ ਸਾਰੀ ਫਿੱਟ ਜੇ ਦੇਖਾਂ ਨਾ ਤੇ ਮੇਰਾ ਦਿਲ 5 ਲੱਖ ਲਾਈਏ, ਲੇਕਿਨ ਉਹ ਗੱਲ ਪਹਿਲੇ ਕੀਤੀ ਮੁੱਲੋਂ ਨਹੀਂ ਲਾਣਾ। ਠੀਕ ਹੈ, ਇਸ ਮੇਰੇ ਭਰਾ ਨੂੰ ਮਾਝ ਪਸੰਦ ਆਈ ਨਾ ਜੀ, 4.5 ਲੱਖ ਦੀ ਮਾਝ ਦੇ ਸਣਾ ਪੱਕਾ ਪੀਡਾ। ਖੁਸ਼ ਰਹੋ ਬਾਬਾ ਜੀ, ਨਿਸ਼ਾਨ ਸਾਰੇ ਮੁੱਲ ਛੱਡ ਕੇ ਜਿਸ ਭਰਾ ਨੂੰ ਪਸੰਦ ਆਵੇ 4,50,000 ਦੀ ਮਾਝ ਦੇ ਸਣਾ ਦਾ 50,000 ਰੁਪਏ ਦੀ ਜਨਾਬ ਮਾਝ ਦੇ ਨਿਸ਼ਾਨ ਨਾਲ ਮੈਂ 65 ਵੀ ਲਾ ਲੈਣਾ ਹਾਂ ਜੀ, 15 ਕਿਸੇ ਨੂੰ ਫੋਨ ਦਾ ਡਿਸਕਾਊਂਟ ਕਰ ਸਕਣ ਨਾਲ, ਲੇਕਿਨ ਉਹ ਕੰਮ ਨਹੀਂ ਕੀਤਾ। ਵੈਰੀ ਗੁੱਡ ਜੀ, ਦੇਖੋ ਜੀ ਮੈਂ ਇਸੇ ਵਾਰ ਤੇ ਬਹਿਸ ਕਰਨਾ ਵਾ ਕਿ ਮੁੱਲ ਪੱਕਾ ਪੀਡਾ ਜਿਹੜਾ ਹੈ ਨਾ ਇਹ ਜਨਾਬ ਲਾਣਾ। ਲੋ ਜੀ ਇਕਬਾਲ ਜੀ ਦੇ ਮੁਕੰਮਲ ਹੋ ਗਏ ਜੀ ਜੁਆਈ ਦੇ, ਮੈਂ ਭਰਾਵਾਂ ਦੇ ਸਾਹਮਣੇ ਟੈਮੋ ਟੈਮ ਇਨਸ਼ਾਅੱਲਾ ਇਨਸ਼ਾਅੱਲਾ ਤੇ ਥੋੜਾ ਜਿਹਾ ਸਿਰਫ ਲੇਟ ਹੋਇਆ ਥੋੜੇ ਮੌਸਮ ਦੀ ਵਜ੍ਹਾ ਤੋਂ ਜਾਂ ਤੁਸੀਂ ਲੇਟ ਆਏ ਹੋ ਉਹਦੀ ਵਜ੍ਹਾ ਤੋਂ ਟੈਮੋ ਟੈਮ ਮਾ ਜਾਨਾ ਦੁੱਧ ਦੇ ਦੀ ਇਨਸ਼ਾਅੱਲਾ ਜ਼ਿੰਦਗੀ ਰਹੀ ਤੇ ਇਨਸ਼ਾਅੱਲਾ ਜਨਾਬ। ਲੋ ਜੀ ਜਨਾਬ ਇਹਦੇ ਕੋਲੇ 13 ਕਿਲੋ ਦੀ ਤਸੱਲੀ ਦੇਣੀ ਹੈ, 13 ਕਿਲੋ ਦੀ ਤਸੱਲੀ ਦਿੱਤੀ ਹੈ, ਬਾਕੀ ਕਮੰਡਲ ਆ ਜਾਣੇ ਨੇ ਭਰਾਵਾਂ ਦੇ ਸਾਹਮਣੇ ਜੀ ਬਿਲਕੁਲ। ਲੋਕਾਂ ਦੇ ਜ਼ਿਹਨ 'ਚ ਹੁੰਦਾ ਵੀ ਹਰਿਆਰਾ ਲਾ ਕੇ ਮੱਝ ਚਵਾ ਰਹੇ ਨੇ, ਸਾਡਾ ਉਹ ਵੀ ਲਾ ਨੇ, ਸਾਡੇ ਟੈਮੋ ਟੈਮ ਆ ਕੇ ਬੰਦਾ ਮੱਝ 2 ਟਾਈਮ ਚੋਲੇ, ਇਸੇ ਤਰ੍ਹਾਂ ਇਸੇ ਤਰ੍ਹਾਂ ਚੋਲੇ। ਲੋ ਜੀ ਠੰਡਾ ਕਰਕੇ 13 ਲੀਟਰ ਜਿਸ ਭਰਾ ਦਾ ਦਿਲ ਕਰਦਾ ਆ ਕੇ ਸਵੇਰੇ ਸ਼ਾਮੇ 13 ਦਾ ਕੰਮ ਨਹੀਂ ਸੁਆ ਜੀ, ਹੁਣ ਮੱਝ ਨੇ ਮੈਲ ਸੱਟੀ ਹੈ, ਹੁਣ ਇਨਸ਼ਾਅੱਲਾ ਦੁੱਧ ਵਧੇਗੀ ਵਧੇਗੀ ਜਿਸ ਵੇਲੇ ਇਹ ਵੰਡਾ ਜਿਹੜਾ ਨਾ ਸ਼ੁਰੂ ਕੀਤਾ। ਮਾਲਕਾ ਸਾਨੂੰ ਆਖਿਆ ਵੀ 16-17 ਸੇਰੀ ਮੱਝ, ਇਨਸ਼ਾਅੱਲਾ, ਲੇਕਿਨ ਅਸੀਂ ਹੁਣ ਭਰਾਵਾਂ ਨੂੰ 16-17 ਨਹੀਂ ਆਖਣਾ, ਠੀਕ ਹੈ, ਜਿਹੜਾ ਮਨਾਣਾ ਉਹ ਦੁੱਧ ਦੱਸਿਆ ਭਰਾਵਾਂ ਨੂੰ ਕੁਆ ਵੀ ਜੇ ਨਾ ਜੀ, ਮੈਂ ਨਾ ਆਖਿਆ ਵੀ ਸੁਰਕੀਆਂ ਤੇ ਖਲੋ ਕੇ ਤੂੰ ਦੁੱਧ 16 ਆਖਿਆ ਤੇ ਮਨਾਣਾ 13 ਜੀ ਬਿਲਕੁਲ। ਦੇਖੋ ਜੀ ਦੁੱਧ ਜੇ 13 ਕਿਲੋ 16 ਕਿਲੋ ਹੈ ਨਾ, ਲੇਕਿਨ ਘੱਟ ਦੱਸਣਾ ਤਾਂ ਕਿ ਆਵੇ ਸ਼ਾਨ ਗੱਡਵੀ ਲੈ ਆਉਂਦੇ ਆ ਜੀ, ਦੋਏ ਫੈਂਕ ਮਾਰ ਲੈਣੇ ਆ। ਚਲੋ ਇਹ ਤੇ ਸਾਹਮਣੇ ਆ ਗਿਆ ਨਾ, ਬਾਲਟੀਆਂ ਜੀ ਬਾਲਟੀਆਂ ਸਾਹਮਣੇ ਆ ਗਿਆ ਨੇ, ਭਰਾਵਾਂ ਤੱਕ ਲੈਣਾ। ਚਲੋ ਫਰਜ਼ ਕਰੋ ਜੇ ਕੋਈ ਬੰਦਾ ਆਰਾ ਵੀ ਲਾਏ ਤੇ ਟੈਮੋ ਟੈਮ ਬਾਲਟੀ ਤੇ ਕੱਢਦੀ ਫਿਰ। ਦੇਖੋ ਜੀ ਮਕਸਦ ਇਹ ਵੇ ਭਾਈ ਸਾਹਿਬ ਜਿੱਥੋਂ ਵੀ ਕੋਈ ਭਰਾ ਆਵੇ ਨਾ ਆ ਕੇ ਆਪਣਾ ਦਿਓ ਤਾਂ 13 ਕਿਲੋ ਜਿਹੜਾ ਨਾ ਪੂਰਾ ਕਰ ਲੈਣਾ। ਮੈਂ ਨਾ ਛੱਡ ਜਣਾ ਇਸ ਚੋਈ 13 ਸੇਰ ਪੱਕਾ ਦੱਸਿਆ, ਨਾ 14 ਆ ਕੇ 13 ਆਖਿਆ, ਮੱਝ ਮੇਰੀ 16 ਸੇਰੀ ਏ, ਸਿਰਫ 13 ਆਖਿਆ ਵੀ ਜਿਹੜੇ ਭਰਾ ਸਾਡੇ ਤੇ ਇਤਮਾਦ ਕਰਦੇ ਨੇ ਤੇ ਸੁਰਖੀਆਂ ਚੈਨਲ ਤੇ ਇਤਮਾਦ ਕਰਦੇ ਨੇ ਉਹ ਨਾ ਭਲਕੇ ਤੁਹਾਨੂੰ ਜਾਂ ਮਨ ਨੂੰ ਲਾਂਭਾ ਦੇਣ ਜੀ ਬਿਲਕੁਲ। ਭਾਈ ਨਿਸ਼ਾਨੇ ਨੀਆਂ ਮੱਝਾਂ ਇਧਰ ਲਿਓ ਜੀ, ਇੱਕ ਵਾਰੀ ਬਾਲਟੀ ਦੂਜੀ ਵੀ ਜਿਹੜਾ ਨਾ ਉਥੋਂ ਬਾਲਟੀ ਫੜੋ, ਛੱਡਣੀ ਦੂਜੀ ਵੀ ਜਿਹੜਾ ਨਾ ਤੇ ਬੱਚੇ ਵਾਸਤੇ ਦੁੱਧ ਜਿਹੜਾ ਨਾ ਇਹ ਛੱਡ ਦੇਣਾ ਯਾਰ, ਬੱਚੇ ਵਾਸਤੇ ਜਿਹੜਾ ਦੁੱਧ ਹੈ ਨਾ ਉਹ ਜਨਾਬ ਛੱਡ ਦੇਣਾ ਤੇ 2 ਬਾਲਟੀਆਂ ਦੀਆਂ ਮੁਕੰਮਲ ਮਾਸ਼ਾਅੱਲਾ ਹੋ ਗਈਆਂ ਨੇ ਚੁਆਈ ਦੀਆਂ। ਲੋ ਜੀ ਗੁਜਰ ਸਾਹਿਬ ਦੀ ਗ੍ਰੇਟ ਹੈ, ਹੁਣ ਬਿਸਮਿਲ੍ਲਾ ਪੜੋ ਜਨਾਬ, ਮੱਝ ਕਿਸੇ ਭਰਾ ਨੂੰ ਪਸੰਦ ਆਵੇ ਕਿੰਨੇ ਦੀ ਮੱਝ ਦੇ ਸਕਣੀ ਹੈ? ਨਿਸ਼ਾਨ ਦੁੱਧ ਵੀ ਸਾਹਮਣੇ ਆ ਗਿਆ, ਚਵਾਈ ਵੀ ਸਾਹਮਣੇ ਆ ਗਈ, ਭਰਾਵਾਂ ਦੇ ਸਾਹਮਣੇ ਮੱਝ ਵੀ ਆ ਗਈ ਜੀ ਬਿਲਕੁਲ। ਤੇ ਮੈਂ ਮੁੱਲ ਜਿਹੜਾ ਉਹ ਲੈਣਾ ਵੀ ਜਿਹੜਾ ਬਿਲਕੁਲ ਹਾਂ ਨਾ ਦੀ ਗੱਲ ਹੋਵੇ ਜੀ, ਠੀਕ ਹੈ। ਮੰਡਲ ਦੋਏ ਸਾਹਮਣੇ ਕਰੋ ਜੀ, ਇੱਧਰ ਰੱਖੋ ਯਾਰ ਸਾਹਮਣੇ ਕੇ ਇੱਥੇ ਮੇਰਾ ਮੁੱਲ ਚੋਖਾ ਲਾ, ਠੀਕ ਹੈ, ਲੇਕਿਨ ਪਹਿਲੇ ਵੀ ਗੱਲ ਕੀਤੀ ਹੈ ਮੁੱਲ ਚੋਖਾ ਨਹੀਂ ਲਾਣਾ, ਮੱਝਾਂ ਵੇਚਣੀ। ਵੈਰੀ ਗੁੱਡ ਜਨਾਬ, ਜਿਸ ਮੇਰੇ ਭਰਾ ਨੂੰ ਮੱਝ ਪਸੰਦ ਆਈ ਨਾ, ਠੀਕ ਹੈ, ਹੋਰ ਵੀ ਕਲਾਂ ਨੇ ਉਥੋਂ ਆ ਜਾਣ ਆ ਕੇ ਟੈਮੋ ਟੈਮ ਚੋਵਣ, ਠੀਕ ਹੈ। ਜਿਹੜੀ ਗੱਲ ਕੀਤੀ ਉਹਦੇ ਤੇ ਮੈਂ ਆਵਾਂ ਗਲਤ ਜੀ, ਉਹ ਜਨਾਬ ਮੈਂ ਸੁਰਖੀਆਂ ਤੇ ਐਲਾਨ ਕਰਨਾ ਪਾ ਮੈਂ ਜ਼ਿੰਮੇਦਾਰ ਹਾਂ, ਠੀਕ ਹੋ ਗਿਆ ਜਨਾਬ। ਦੂਜੇ ਨੰਬਰ ਤੇ ਜੇ ਕੋਈ ਭਰਾ ਸਾਡੇ ਕੋਲ ਲੈ ਜੇ ਫੋਨ ਤੇ ਜਾਂ ਬਾਹਰੋਂ ਬਹਿ ਕੇ ਮੱਝ ਮੰਗਵਾਏ, ਜਨਾਬ ਥਣਾ ਦੀ ਗਰੰਟੀ ਹੋਵੇ ਦੀ
ਮੱਝਾਂ ਦੀ ਗਰੰਟੀ ਹੋਵੇ ਜੀ, ਦੁੱਧ ਪੁੱਤਰ ਹੁੰਦਾ ਨਸੀਬਾਂ ਨਾਲ, ਮੈਂ ਚਵਾ ਸਭ ਗੱਲਬਾਤ ਸੜੀਏ ਤੇ ਸਾਹਮਣੇ ਗੱਲ ਆ ਗਈ ਜੀ। ਠੀਕ ਹੈ, ਤੇ ਬਾਕੀ ਮੀਣੀ ਮਾਝ ਦੀ ਵੀ ਜਿਹੜੀ ਗੱਲ ਹੈ ਨਾ, ਉਹਦੀ ਵੀ ਥਣਾਂ ਦੀ ਲਾਤਾਰ ਦੀ ਸਾਰੀ ਗਰੰਟੀਆਂ ਹੋ ਜਾਂਦੀਆਂ। ਲੋ ਜੀ, ਇਹ ਤਾਂ ਬਿਸਮਿਲ੍ਲਾ ਪੜੋ ਜਨਾਬ, ਇਹ ਕਿੰਨੇ ਦੀ ਮਾਝ ਦੇ ਸਕਣੀ ਹੈ ਭਾਈ ਸਾਹਿਬ? ਜਿਹਦੇ ਪਸੰਦ ਆਏ ਨੇ ਜਿਹੜੇ ਭਰਾ ਦੇ, ਪੱਕਾ ਤੇ ਫਾਈਨਲ ਮੁੱਲ ਹੋਣਾ ਜੇ। ਠੀਕ ਹੈ, 4,75,000 ਜਾਓ ਭਾਈ ਸਾਹਿਬ, ਤੁਸੀਂ ਦੋਏ ਭਰਾ ਆਏ, 10,000 ਰੁਪਇਆ ਮੈਂ ਲਾ ਸਕਦਾ ਸਿਰਫ ਤੁਹਾਡੀ ਚਾਹਤ ਵਾਤੇ ਤੇ ਤੁਹਾਡੇ ਪਿਆਰ ਵਾਤੇ ਤੇ ਪੱਕਾ ਮੁੱਲ ਲਾ ਸਕਦਾ 65 ਦੀ ਮਾਝ ਦੇ। 4,65,000 ਦੀ ਮਾਝ ਦੇ ਸਣਾ ਦੇ, ਪੱਕਾ ਪੀਡਾ ਮੁੱਲ ਹੈ, ਚਲੋ ਕੋਈ ਵਿਹੜੇ ਆਏ ਦੀ ਕਦਰ ਕਰ ਸਕਦਾ ਇਨਸ਼ਾਅੱਲਾ ਜਨਾਬ, ਉਹ ਜ਼ਰੂਰ ਹੋਵੇਗੀ। ਲੋ ਜੀ ਭਾਈ ਸਾਹਿਬ, ਇੱਕ ਵਾਰੀ ਨੰਬਰ ਬੋਲੋ ਜਿਹੜਾ ਸਕਰੀਨ ਤੇ ਲਾਣਾ ਜੇ, 0307-66-12-111 ਫੇਰ ਇੱਕ ਵਾਰੀ ਬੋਲੋ, 0307-66-12-111 ਨੰਬਰ ਹੈ, ਅੱਜ ਦੇ ਵਟਸਐਪ ਹੈ, ਅੱਜ ਦੇ ਵੀ ਕਾਲ ਹੈ, ਇੱਕ ਹੀ ਨੰਬਰ ਹੈ ਜੀ, ਇੱਕ ਹੀ ਨੰਬਰ ਹੈ। ਲੋ ਜੀ, ਇੱਕ ਹੀ ਨੰਬਰ ਹੈ ਜਨਾਬ, ਸਕਰੀਨ ਤੇ ਲਾ ਜਾਏਗਾ, ਦੋਵਾਂ ਜੂ ਜਿਹੜਾ ਹੈ ਨਾ ਜਿਹੜੀ ਪਸੰਦ ਆਵੇ, ਭਾਈ ਸ਼ਾਨ ਹੈ, ਵੇਖ ਲੈ ਕੋਈ ਬਾਜੂ ਮਰ ਲੈ ਯਾਰ, ਇੱਕ ਵਾਰੀ ਪਤਾ ਜੇ ਕੀ ਹੁੰਦਾ ਭਰਾ, ਇੱਕ ਟਾਈਮ ਚਵਾ ਕੇ ਨਾ ਦੂਜੇ ਟਾਈਮ ਦੀ ਤਸੱਲੀ ਨਹੀਂ ਦਿੰਦੇ, ਟਾਈਮ ਭਰਾਵਾਂ ਵੇਖ ਲੈਣਾ ਵੀਡੀਓ ਜਿਹੜੀ ਹੈ, ਮੈਂ ਫੇਰ ਮੱਝ ਚਵਾ ਸਕਦਾ ਜੀ। ਠੀਕ ਹੋ ਗਿਆ ਜਨਾਬ, ਉਹ ਤੇ ਫਿਰ ਜਿੰਨੇ ਆਉਂਦਾ ਉਹਨੇ ਪੂਰਾ ਕਰ ਲੈਣਾ ਨਾ ਜੀ। ਜਨਾਬ, ਜਿਹੜੀ ਜਿਹੜੀ ਪਸੰਦ ਆਵੇ ਰਾਬਤਾ ਭਾਈ ਸਾਹਿਬ ਨਾਲ ਕਰਨਾ ਜੀ ਜੀ। ਦੂਜੀ ਗੱਲ ਜੇ ਕੋਈ ਜੋੜਾ ਲੈ ਉਹਦੇ ਵਾਸਤੇ ਇੱਕ ਹੋਰ ਆਫਰ ਹੈ, 10,000 ਰੁਪਇਆ ਮੈਂ ਜੇ ਜੋੜਾ ਲੈ ਤੇ ਜੀ, ਤੇ ਮੈਂ ਜਨਾਬ ਨੂੰ ਲੈਸ ਕਰ ਸਕਦਾ, ਤਾਂ ਮੇਰਾ ਮੁੱਲ ਦੋਏ ਦੇਖ ਲਓ, ਇਕੱਠੀਆਂ ਜੇ ਕੋਲ ਆਵੇ ਜੀ, ਇਕੱਠੀਆਂ ਲਿਓ ਤੇ ਸਾਡੀਆਂ ਇਕੱਠੀਆਂ ਟੁੱਟ ਜਾਂਦੀਆਂ, ਉਸ ਭਰਾ ਨੂੰ ਕੋਈ 10,000 ਡਿਸਕਾਊਂਟ ਹੋ ਜਾਏ ਜੀ। ਠੀਕ ਹੋ ਗਿਆ, ਲੋ ਜੀ, ਜੋੜਾ ਲਵੇ ਕੋਈ ਭਰਾ ਤੇ 10,000 ਰੁਪਇਆ ਹੋਰ ਜਿਹੜਾ ਹੈ ਨਾ ਇਹ ਡਿਸਕਾਊਂਟ ਹੋ ਗਈ ਹੈ, ਤੇ ਇਸੇ ਵੀਡੀਓ ਦੇ ਨਾਲ ਜਨਾਬ ਇਜਾਜ਼ਤ ਚਾਹਾਂਗੇ, ਇਨਸ਼ਾਅੱਲਾ ਅਗਲੇ ਵੀਡੀਓ ਦੇ ਨਾਲ ਫੇਰ ਹਾਜ਼ਰ ਹੋਵਾਂਗੇ। ਪਹਿਚਾਨ ਨਰਾ ਮਾਰਨਾ ਜਨਾਬ, ਪਾਕਿਸਤਾਨ ਜ਼ਿੰਦਾਬਾਦ, ਪਾਕ ਫੌਜ ਜ਼ਿੰਦਾਬਾਦ।